ਦਸਮ ਪਿਤਾ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਤੇ ਰਾਜ ਸਭਾ ਵਿਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਂਸਦ ਸੁਖਦੇਵ ਸਿੰਘ ਢੀਂਡਸਾ ਦੇ ਕਹਿਣ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰਾਂ ਪੁੱਤਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ ਸੀ ਵੱਡੇ ਸਾਹਿਬਜ਼ਾਦੇ ਅਤੇ ਸਰਹੰਦ ਦੀਆਂ ਨੀਹਾਂ ਵਿਚ ਚੜਾਏ ਗਏ ਸੀ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ। ਅੱਜ ਗੁਰੂ ਗੋਬਿੰਦ ਸਿੰਘ ਕੇ ਛੋਟੇ ਸਾਹਿਬਜ਼ਾਦੇ ਕਾ ਸ਼ਹੀਦੀ ਦਿਵਸ ਹੈ। ਜਿਨਕੋ 7 ਔਰ 9 ਸਾਲ ਕੀ ਉਮਰ ਮੇ ਜਿੰਦਾ ਦੀਵਾਰੋਂ ਮੇ ਚਿਣਾ ਦਿਆ ਗਿਆ ਥਾ ਔਰ ਆਜ ਸੇ ਚਾਰ ਪਾਂਚ ਦਿਨ ਪਹਿਲੇ ਬਾਹਰ ਨਿਕਲਾ ਹੈ। ਉਸ ਦਿਨ ਬੜੇ ਸਾਹਿਬਜ਼ਾਦੇ ਜਿਨਕੀ 18 ਸਾਲ ਔਰ 14 ਸਾਲ ਉਮਰ ਸੀ ਵੋ ਜੰਗ ਮੇ ਸ਼ਹੀਦ ਹੋਏ ਔਰ ਇਸ ਲਈ ਮੇਰੀ ਕੱਲ੍ਹ ਲੋਕ ਸਭਾ ਮੇ ਹੋਮੇਜ ਪੇ ਕੀਆ ਗਿਆ ਹੈ ਔਰ ਉਨਕੋ ਉਨਕੀ ਸ਼ਹਾਦਤ ਕੋ ਹੋਮੇਜ ਪੇ ਕਰੇ। ਸਰਦਾਰ ਸੁਖਦੇਵ ਸਿੰਘ ਢੀਂਡਸਾ ਦ ਹੋਲ ਕੰਟਰੀ ਇਜ਼ ਅਵੇਅਰ ਅਬਾਊਟ ਦੀ ਮੈਟਰਡਮ ਆਫ 4 ਸਨਸ ਆਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਹਿਸ 2 ਸਨਸ ਗੋਟ ਮੈਟਰਡਮ ਇਨ ਵਾਰ ਐਂਡ 2 ਵਰ ਗੋਟ ਲਾਈਵ ਬਰੀਡ ਬਿਹਾਈਂਡ ਦ ਵਾਲਸ। ਦ ਬਰੇਵ ਹਾਰਟਸ ਸ਼ੋਡ ਐਗਜ਼ੈਂਪਲਰੀ ਕਰੇਜ ਇਨ ਸੈਕਰੀਫਾਈਜ਼ਿੰਗ ਦੇਅਰ ਲਾਈਵਸ। The nation cannot forget their sacrifice. The whole house associate with the sentiments expressed by Sardar Sukhdev Singh Dhimsa ji.